ਸਰ ਸਤਿ ਸ਼੍ਰੀ ਅਕਾਲ। ਆਪ ਕੋ ਕਹੀਂ ਦੇਖਾ ਹੈ ਪਹਿਲੇ? ਕਵੀ ਹਰਿਆਣਵੀ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਹੋ, ਮੈਂ ਕਹਿੰਦਾ ਵੀ ਸਿੰਬਲ ਆ ਤੁਹਾਡੇ ਕੋਲ। ਹਰਿਆਣਵੀ ਕਿਉਂ ਹੈ? ਇਹ ਗਧਾ ਤਾਂ ਸਾਡੇ ਪੰਜਾਬ 'ਚ ਵੀ ਚੱਲਦਾ ਹੈ, ਹਰਿਆਣੇ 'ਚ ਵੀ ਚੱਲਦਾ ਹੈ, ਹਿਮਾਚਲ 'ਚ ਚੱਲਦਾ, ਤਾਂ ਹਿੰਦੁਸਤਾਨ 'ਚ ਚੱਲਦਾ, ਚੱਲਦਾ ਵੀ ਤਗੜਾ। ਹੀਰੋ ਲੱਗ ਰਿਹਾ ਕਿ ਨਹੀਂ? ਮੈਂ ਸਟੇਜ 'ਤੇ ਕਹਿ ਕੇ ਆਇਆ, ਮੇਰੀ ਸਿਫਾਰਿਸ਼ ਕਰੋ ਪ੍ਰੋਡਿਊਸਰਾਂ ਨੂੰ, ਤੁਹਾਨੂੰ ਪੰਜਵਾਂ ਇੱਕ ਬਹੁਤ ਵਧੀਆ ਹੀਰੋ ਦਿਆਂਗੇ ਜਿਹੜਾ ਰੋਮੈਂਟਿਕ ਕੰਮ ਕਰੇਗਾ। ਦੇਖੋ ਤੁਸੀਂ ਯਾਰ, ਮੇਰੇ 'ਤੇ ਹਾਸਿਆ ਨਾ ਕਰੋ ਤੁਸੀਂ ਯਾਰ, ਜੇ ਅਮਿਤਾਭ ਬੱਚਨ ਕਰ ਸਕਦਾ ਹੈ ਐਜ਼ ਏ ਹੀਰੋ, ਤਾਂ ਮੈਂ ਨਹੀਂ ਕਰ ਸਕਦਾ। ਜਦ ਜਦ ਧਰਮਾਂ ਦੇ ਵਿੱਚ ਫਸਣਗੇ, ਜਦ ਇਹ ਕਹਿਣਗੇ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਤਦ ਤਦ ਵੰਡ ਹੀ ਪਊਗੀ, ਇਕੱਠੀ ਨਹੀਂ ਹੋ ਸਕਦੀ। ਇਹੀ ਰੀਜ਼ਨ ਹੈ ਕਿ ਯੁਵਰਾਜ ਸਿੰਘ ਜੀ ਨੇ ਆਪਣਾ ਪੋਲੀਟੀਕਲ ਕਰੀਅਰ ਜ਼ਿਆਦਾ ਅੱਗੇ ਨਹੀਂ ਵਧਾਇਆ, ਛੱਡਤਾ ਸੀ। ਔਰ ਯੁਵਰਾਜ ਸਿੰਘ ਦੀ ਵੀ ਗੱਲ ਆ ਰਹੀ ਸੀ, ਉਹਨਾਂ ਨੇ ਪਹਿਲੇ ਕਲੀਅਰ ਕਰਤਾ ਕਿ ਮੇਰਾ ਕੋਈ ਪਲਾਨ ਨਹੀਂ। ਮੈਂ ਤਾਂ ਇਹਨਾਂ ਨਾਲ ਬੈਠਣਾ, ਇਹਨਾਂ ਦੀ ਗੱਲ ਕਰਨਾ ਆਪਣੀ ਤੌਹੀਨ ਸਮਝਦਾ, ਪਰ ਐਜ਼ ਏ ਹਿੰਦੁਸਤਾਨੀ ਮੈਂ ਚਾਹੂੰਗਾ ਅਸੀਂ ਜਿੱਤੀਏ, ਵਰਲਡ ਕੱਪ ਵੀ ਜਿੱਤੀਏ। ਵਰਲਡ ਕੱਪ ਜਿੱਤਣਾ ਚਾਹੀਦਾ, ਜੇ ਹੁਣ ਨਾ ਜਿੱਤਿਆ ਫਿਰ ਕਦੇ ਜਿੱਤਣਾ, ਕਿਉਂਕਿ ਹੁਣ ਧੋਨੀ ਹੈ ਨਹੀਂ ਫਿਰ ਜਿੱਜਾਂਗੇ, ਕਿਉਂਕਿ ਸਾਰਿਆਂ ਨੇ ਹੁਣ ਬਹੁਤ ਜ਼ਿਆਦਾ ਕੋਲੋਂ ਦੇਖ ਲਈ ਚੀਜ਼, ਹੁਣ ਲੈ ਲੈਣੀ ਉਹ ਚੀਜ਼ ਨੂੰ। ਕੁਝ ਨਾ ਨੇੜੇ ਕੋਈ ਲੱਗਦਾ, ਮੈਂ ਨਹੀਂ ਕਹਿ ਰਿਹਾ, ਸਾਰੀ ਦੁਨੀਆ ਕਹਿ ਰਹੀ ਹੈ, ਗੌਤਮ ਗੰਭੀਰ ਨਹੀਂ ਕਹਿ ਰਿਹਾ, ਰੋਹਿਤ ਸ਼ਰਮਾ ਨਹੀਂ ਕਹਿ, ਸਾਰੀ ਦੁਨੀਆ ਕਹਿੰਦੀ। ਯੁਵਰਾਜ ਸਿੰਘ ਬਾਰੇ ਕੀ ਬੋਲਦਾ? ਉਹ ਕਹਿੰਦੇ ਕ੍ਰੈਡਿਟ, ਹਾਂ ਤਾਂ ਐਤਕੀ ਜਿੱਤ ਜਾਣਾ ਆਪਾਂ, ਮਾੜਾ ਬੀਜੋਗੇ ਮਾੜਾ ਕੱਟੋਗੇ। ਯੁਵਰਾਜ ਸਿੰਘ ਬੈਸਟ ICC ਦਾ, ਕਿਆ ਬਾਤ ਹੈ, ਜੈ ਜੈਕਾਰ ਤੇ ਕਿੱਥੇ ਬੈਠਾ ਤੁਹਾਡਾ ਸਪਨਾ ਰੋਮਾਂਟਿਕ ਫਿਲਮ ਵਾਲਾ, ਉਹਦੇ ਲਈ ਸਾਨੂੰ ਇੰਤਜ਼ਾਰ ਰਹੇਗਾ। ਬਿਲਕੁਲ, ਥੈਂਕ ਯੂ ਸਰ, ਤੁਸੀਂ ਬਸ ਕੋਸ਼ਿਸ਼ ਕਰਨਾ ਮੇਰੀ ਫੋਟੋ ਲਾਉਣਾ ਵੀ ਆ, ਰੋਮਾਂਟਿਕ ਹੀਰੋ ਧਰਮਿੰਦਰ ਆ ਰਿਹਾ ਦੂਜਾ। ਕਵੀ ਮੈਨੀਆ ਤੁਸੀਂ ਵੇਖ ਰਹੇ ਹੋ ਤੇ ਮੈਂ ਨਿਪੁਣ ਸ਼ਰਮਾ। ਸੋ ਕੁੜੀ ਹਰਿਆਣੇ ਵਾਲ ਦੀ 14 ਜੂਨ ਨੂੰ ਰਿਲੀਜ਼ ਹੋ ਰਹੀ ਹੈ ਤੇ ਫਿਲਮ ਦੇ ਅਹਿਮ ਕਿਰਦਾਰ ਯੁਵਰਾਜ ਸਿੰਘ ਜੀ ਮੇਰੇ ਨਾਲ ਹੈ। ਸਰ ਸਤਿ ਸ਼੍ਰੀ ਅਕਾਲ। ਆਪਕੋ ਕਹੀਂ ਦੇਖਾ ਹੈ ਪਹਿਲੇ ਵੀ। ਯੁਵਰਾਜ ਸਿੰਘ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਆਪਕੋ ਕਹੀਂ ਦੇਖਾ ਹੈ ਪਹਿਲੇ ਵੀ, ਪਹਿਲਾ ਇੰਟਰਵਿਊ ਕੀਤਾ, ਇੰਟਰਵਿਊ ਕਰ ਚੁੱਕਿਆ। ਹਾਂਜੀ ਹਾਂਜੀ, ਬੋਲੋ ਸਰ। ਹਾਂਜੀ, ਕਵੀ ਹਰਿਆਣਵੀ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਹੋ, ਮੈਂ ਕਹਿੰਦਾ ਵੀ ਸਿੰਬਲ ਆ ਤੁਹਾਡੇ ਕੋਲ। ਹਰਿਆਣਵੀ ਕਿਉਂ ਹੈ? ਇਹ ਗਧਾ ਤਾਂ ਸਾਡੇ ਪੰਜਾਬ 'ਚ ਵੀ ਚੱਲਦਾ ਹੈ, ਹਰਿਆਣੇ 'ਚ ਵੀ ਚੱਲਦਾ ਹੈ, ਹਿਮਾਚਲ 'ਚ ਵੀ ਚੱਲਦਾ, ਤਾਂ ਹਿੰਦੁਸਤਾਨ 'ਚ ਚੱਲਦਾ, ਚੱਲਦਾ ਵੀ ਤਗੜਾ ਹੈ, ਹਾਂ ਚੱਲਦਾ ਨਾ। ਦੇਖੀ ਯਾਰ, ਧਿਆਨ ਨਾਲ ਤੂੰ ਪਾਸੇ ਹੋ ਜਾ ਫਿਰ ਨਾ। ਹਾਂ ਬਈ, ਇਹ ਕਹਿੰਦੇ ਯਾਰ, ਚਲੋ ਜੀ। ਪਹਿਲਵਾਨੀ ਕੀਤੀ ਇਹਨਾਂ ਕਦੀ ਜਵਾਨੀ ਜੀ? ਸਾਰੀ ਜ਼ਿੰਦਗੀ ਆਹੀ ਕੁਛ ਹੀ ਕਰਦਾ, ਕਿਤੇ ਐਂ ਐਂ ਚੱਲਦਾ, ਐਂ ਵੀ ਚੱਲਦਾ, ਐਂ ਵੀ ਕਰਦਾ। ਡੰਬਲ ਅੱਜ ਕੱਲ੍ਹ ਡੰਬਲ ਆ ਗਏ, ਪਹਿਲਾਂ ਹੁੰਦੇ ਜਗਤਾਰ ਭਾਜੀ। ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ ਫਾਇਦੇ ਹੁੰਦੇ ਸੀ, ਇੰਨਾ ਫਾਇਦਾ ਪੁੱਛੋ, ਕੁਛ ਨਾ ਨੇੜੇ ਕੋਈ ਲੱਗਦਾ। ਉਸ ਨੂੰ ਚੇਤਾ ਕਿਵੇਂ ਕਿਵੇਂ ਚੜ੍ਹਦੀ ਕਲਾ? ਦੇਖੋ ਹੀਰੋ ਲੱਗ ਰਿਹਾ ਕਿ ਨਹੀਂ? ਮੈਂ ਸਟੇਜ 'ਤੇ ਕਹਿ ਕੇ ਆਇਆ, ਮੇਰੀ ਸਿਫਾਰਿਸ਼ ਕਰੋ ਪ੍ਰੋਡਿਊਸਰਾਂ ਨੂੰ, ਤੁਹਾਨੂੰ ਪੰਜਵਾਂ ਇੱਕ ਬਹੁਤ ਵਧੀਆ ਹੀਰੋ ਦਿਆਂਗੇ ਜਿਹੜਾ ਰੋਮੈਂਟਿਕ ਕੰਮ ਕਰੇਗਾ। ਦੇਖੋ ਤੁਸੀਂ ਯਾਰ, ਮੇਰੇ 'ਤੇ ਹਾਸਿਆ ਨਾ ਕਰੋ ਤੁਸੀਂ ਯਾਰ, ਜੇ ਅਮਿਤਾਭ ਬੱਚਨ ਕਰ ਸਕਦਾ ਹੈ ਐਜ਼ ਏ ਹੀਰੋ, ਤਾਂ ਮੈਂ ਨਹੀਂ ਕਰ ਸਕਦਾ। ਨਹੀਂ ਕਰ ਸਕਦੇ, ਗੱਲ ਮੁੱਕ ਗਈ। ਹਾਲੀਵੁੱਡ ਦੇ 70-70 ਸਾਲ ਦੀ ਉਮਰ 'ਚ ਕਰਦੇ ਨੇ ਹੀਰੋ। 80 ਸਾਲ ਦਾ ਕੈਵਿਨ ਕੋਸਟਰ, ਜਿਹਨਾਂ ਨੇ ਔਸਕਰ ਜਿੱਤਿਆ, ਔਸਕਰ ਜਿੱਤਿਆ, ਕੈਨ ਯੂ ਇਮੇਜਿਨ? ਆਪਾਂ ਵੀ ਉਸ ਲੈਵਲ ਤੱਕ ਸੋਚ, ਦੇਖੋ ਫੱਟੇ ਚੱਕ ਦੇ ਰਹੇ ਗੁਰੂ ਦੀ ਕਿਰਪਾ। ਦੇਖੋ ਮੇਰੇ ਬੜੀ ਸੀਰੀਅਸਲੀ ਤਮੰਨਾ ਹੈ ਕਿ ਮੈਂ ਜ਼ਿੰਦਗੀ 'ਚ ਇੱਕ ਐਸੀ ਰੈਵੋਲੂਸ਼ਨ ਲੈ ਕੇ ਆਵਾਂ, ਮਹਾਰਾਜ ਕਿਰਪਾ ਕਰੇਗਾ, ਮੇਰੀ ਅਰਦਾਸ ਹੈ, ਐਸੀ ਰੈਵੋਲੂਸ਼ਨ ਪੰਜਾਬੀ ਫਿਲਮ ਇੰਡਸਟਰੀ 'ਚ ਲੈ ਕੇ ਆਵਾਂ, ਜਾਂ ਕਿਸੇ ਵੀ ਇੰਡਸਟਰੀ 'ਚ, ਜਿੱਥੇ ਇੱਕ 70 ਸਾਲ ਦਾ ਬੰਦਾ ਹੀਰੋ ਰੋਮੈਂਟਿਕ ਐਕਸ਼ਨ ਕਾਮੇਡੀ ਕਰੇਗਾ। ਯੁਵਰਾਜ ਸਿੰਘ, ਇਹ ਇਹ ਬਖਸ਼ਿਸ਼ ਰੱਬ ਨੇ ਕਰਨੀ ਹੈ। ਇੱਕ ਨਵਾਂ ਟ੍ਰੈਂਡ ਸੈੱਟ ਹੋਊਗਾ ਤੁਹਾਡੇ, ਮੈਂ ਦੇਖਿਆ ਰੈਵੋਲੂਸ਼ਨ ਨਵਾਂ, ਜੇ 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 ਕਾਮਯਾਬ ਹੋ ਗਿਆ ਤੇ ਬੱਲੇ ਬੱਲੇ ਫਿਰ ਨਵਾਂ ਟ੍ਰੈਂਡ ਸੈੱਟ ਹੋਏਗਾ। ਵੈਸੇ ਤੁਹਾਡੀਆਂ ਦੋ ਇੱਛਾਵਾਂ, ਇੱਕ ਤਾਂ ਤੁਸੀਂ ਕਿਹਾ ਮੈਂ ਰੋਮਾਂਟਿਕ ਹੀਰੋ ਬਣਨਾ, ਇੱਕ ਤੁਹਾਡੀ ਇਹ, ਮੈਂ ਹਰ ਵਾਰ ਤੁਸੀਂ ਮੇਰੀ ਰੋਮਾਂਟਿਕ ਫਿਲਮਾਂ ਦੇਖੀਆਂ ਨਹੀਂ? ਹਾਂਜੀ, ਜਵਾਨੀ ਦੀਆਂ ਨਹੀਂ ਨਹੀਂ ਆਸੇ ਬੜੀਆਂ ਮੈਂ ਕਿਕਰਾਂ ਢਾ ਲਈਆਂ, ਪਰ ਕੁਐਸਚਨ ਇਹ ਹੈ ਕਿ ਹੁਣ ਜਿਹੜੀ ਸੀਰੀਅਸ ਗੱਲ ਮੈਂ ਕਰ ਰਿਹਾ ਕਿ ਮੈਂ ਇਸ ਚੀਜ਼ ਨੂੰ ਪ੍ਰੂਵ ਕਰਨਾ ਚਾਹੁੰਦਾ ਕਿ ਬੰਦਾ ਏਜ ਨਾਲ ਬੁੱਢਾ ਨਹੀਂ ਹੁੰਦਾ, ਚਿੱਟੇ ਦਾੜੇ ਨਾਲ ਬੁੱਢਾ ਨਹੀਂ ਹੁੰਦਾ, ਉਹਦੀ ਜਿਹੜੀ ਕਲਾ ਹੈ ਜਾਂ ਜਿਹੜੀ ਬਖਸ਼ਿਸ਼ ਹੈ ਰੱਬ ਦੀ,
ਉਹ ਕਿਸੇ ਵੀ ਰੂਪ 'ਚ ਸਕਰੀਨ 'ਤੇ ਦਿਖਣੀ ਚਾਹੀਦੀ ਹੈ। ਅਤੇ ਮੈਂ ਫੀਲ ਕਰਦਾ ਕਿ ਯੋਗਰਾਜ ਸਿੰਘ ਐਜ਼ ਏ ਰੋਮੈਂਟਿਕ, ਐਜ਼ ਏ ਐਕਸ਼ਨ, ਐਜ਼ ਏ ਕਾਮੇਡੀ, ਐਜ਼ ਐਨੀਥਿੰਗ ਕੈਨ ਡੂ ਵੈਰੀ ਵੈਲ। ਰੱਬ ਦਾ ਥਾਪਣਾ ਚਾਹੀਦਾ। ਕਿਆ ਬਾਤ ਨਹੀਂ, ਉਸ ਚੀਜ਼ ਦਾ ਤੁਹਾਨੂੰ ਇੰਤਜ਼ਾਰ ਹੋਏਗਾ ਕਿ ਚੀਜ਼ ਮੈਂ ਕੋਈ ਮਿਥਲੀ ਹੈ ਨਾ, ਰੱਬ ਨੇ ਮੈਨੂੰ ਥਾਪੜਾ ਦੇ ਦਿੱਤਾ, ਮੈਂ ਪੂਰੀ ਕੀਤੀ ਹੈ, ਤੁਹਾਨੂੰ ਪਤਾ ਬਹੁਤ ਹਾਂਜੀ ਹੈ। ਸੋ ਵੀ ਸਬਜੈਕਟ ਆਲਰੇਡੀ ਲਿਖੇ ਜਾ ਰਹੇ ਹੈ, ਅਤੇ ਸਾਡੀ ਇੱਕ ਦੋ ਜਿਹੜੀਆਂ ਹੀਰੋਇਨਸ ਨੇ ਹੂ ਆਰ ਇਨ ਮਿਡ 40s ਦੇ ਵਿੱਚ, 35-40s ਦੇ ਵਿੱਚ ਹੈ, ਅਸੀਂ ਉਹਨਾਂ ਨਾਲ ਰਹਿ ਕੇ ਉਹ ਸਬਜੈਕਟ ਬਣਾ ਲਾਂਗੇ, ਲਿਖੇ ਜਾ ਰਹੇ ਆ। ਉਹ ਸਬਜੈਕਟ ਦਾ ਸਾਨੂੰ ਇੰਤਜ਼ਾਰ ਹੋਇਆ, ਕਿਉਂਕਿ ਇੱਕ ਨਵਾਂ, ਇੱਕ ਮੋੜ ਪੰਜਾਬੀ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ। ਪਰ ਅਸੀਂ ਜਿੱਦਾਂ ਗੱਲ ਕਰਦੇ ਹਾਂ ਫਿਲਮ ਦੇ ਵਿੱਚ, ਤੁਹਾਡਾ ਇਹ ਕਿਰਦਾਰ ਕਾਫੀ ਅਲੱਗ ਆ, ਕਿਉਂਕਿ ਜਦੋਂ ਪੋਸਟਰ ਆਇਆ ਸੀ ਮੈਂ ਕਿਹਾ ਯਾਰ ਯੋਗਰਾਜ ਜੀ ਹਰਿਆਣੇ ਵੱਲ ਦੇ ਨਹੀਂ ਆ, ਪੰਜਾਬ ਵੱਲ ਦੇ ਨੇ, ਕਿਉਂਕਿ ਪੋਸਟਰ 'ਚ ਤੁਹਾਨੂੰ ਉੱਧਰ ਡਿਸਾਈਡ ਕੀਤਾ ਹੋਇਆ ਸੀ। ਮੈਂ ਬੱਚੇ ਪੰਜਾਬੀ ਅਤੇ ਬੱਚੇ ਹਰਿਆਣਾ, ਰੌਲਾ ਮੈਂ ਰਹਿੰਦਾ ਪੰਜਾਬ ਦਾ, ਛੇਤਰ ਛੇਤਰ ਹਰਿਆਣੇ ਨਾਲ ਹੋ ਰਹੇ ਆ, ਪਰ ਅਸੀਂ ਐਟ ਦੀ ਐਂਡ ਵੀ ਆਰ ਫਰੈਂਡਸ। ਹਾਂ, ਅਸੀਂ ਐਂਡ ਦੇ ਵਿੱਚ ਦੋਸਤ ਬਣੇ ਆ, ਔਰ ਇਹ ਦਿਖਾਇਆ ਕਿ ਹਮੇਸ਼ਾ ਅਸੀਂ ਇਕੱਠੇ ਸੀ। ਇਸ ਮੈਨੂੰ ਲੱਗਦਾ ਇਸ ਫਿਲਮ ਦੇ ਵਿੱਚ ਜ਼ਿਆਦਾਤਰ ਕਲੋਜ਼ ਹੋਰ ਹੋਣਗੇ, ਕਿਉਂਕਿ ਦੋਨੋਂ ਸਟੇਟ ਦਾ ਆਲਰੇਡੀ ਤੁਹਾਨੂੰ ਪਤਾ ਬੜੇ ਮਸਲੇ ਚੱਲਦੇ ਆ, ਪਰ ਇਹ ਜਿਹੜੀ ਫਿਲਮ ਹੈ ਇਹ ਲੈ ਕੇ ਆਏਗੀ ਹੋਰ ਜ਼ਿਆਦਾ ਨਜ਼ਦੀਕ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ, ਇਸ ਚੀਜ਼ ਦਾ ਬੜਾ ਦੁੱਖ ਰਹਿੰਦਾ ਹਮੇਸ਼ਾ ਕਿ ਇਸ ਦੇਸ਼ ਦੇ ਵਿੱਚ ਤੁਸੀਂ ਬਾਹਰ ਜਾਓ, ਕਿਤੇ ਵੀ ਜਾਓ, ਕਿਹਨੂੰ ਪੁੱਛੋ ਹਾਂ ਵੀ ਕੀ ਹਾਲ ਹੈ, ਕਿੱਥੋਂ ਆਇਆ, ਮੈਂ ਜੀ ਗੁਜਰਾਤ ਤੋਂ ਆਇਆ ਜੀ, ਮੈਂ ਜੀ ਦਿੱਲੀਓਂ ਆਇਆ ਜੀ, ਮੈਂ ਹਿਮਾਚਲ ਤੋਂ ਆਇਆ ਜੀ, ਮੈਂ ਪੰਜਾਬ ਦਾ ਜੀ, ਮੈਂ ਰਾਜਸਥਾਨ ਦਾ, ਕਦੇ ਆਪਾਂ ਨਹੀਂ ਕਿਹਾ ਕਿ ਮੈਂ ਹਿੰਦੁਸਤਾਨੀ ਹਾਂ। ਮੈਂ ਬਾਹਰ ਜਾਂਦਾ ਤਾਂ ਮੈਨੂੰ ਲੋਕ ਕਹਿੰਦੇ ਹੋਰ ਜੀ ਸਾਡੇ ਪੰਜਾਬ ਦਾ ਕੀ ਹਾਲ ਹੈ, ਮੈਂ ਕਿਹਾ ਕਦੇ ਵੀ ਪੁੱਛਿਆ ਕਰੋ ਕਿ ਸਾਡੇ ਦੇਸ਼ ਦਾ ਕੀ ਹਾਲ ਹੈ। ਹੈ ਤੁਸੀਂ ਇਕੱਲੇ ਪੰਜਾਬ ਦੀ ਗੱਲ ਕਰਦੇ ਹੋ, ਮੇਰੇ ਲਈ ਸਾਰਾ ਦੇਸ਼ ਮੈਟਰ ਕਰਦਾ। ਸੋ ਇਸ ਕਰਕੇ ਮੈਂ, ਮੇਰਾ ਦੇਸ਼ ਇਸ ਵਕਤ ਬਹੁਤ ਇੱਕ ਐਸੀ ਰੂਪ ਰੇਖਾ ਦੇ ਵਿੱਚ ਜਾ ਰਿਹਾ ਜਿੱਥੇ ਉਹਨੂੰ ਉਭਾਰਨ ਦੀ ਲੋੜ ਆ, ਅਸੀਂ ਸਾਰੇ ਟਰਾਈ ਕਰ ਰਹੇ ਹਾਂ। ਸੋ ਆਈ ਥਿੰਕ ਇਹ ਜਿਹੜੀ ਫਿਲਮ ਹੈਗੀ ਹੈ ਹਰਿਆਣੇ ਅਤੇ ਪੰਜਾਬ ਦੀ, ਇਹ ਦਰਸਾਉਂਦੀ ਹੈ ਕਿ ਆਪਾਂ ਇੱਕ ਹਾਂ, ਇੱਕੋ ਹੀ ਖੂਨ, ਇੱਕੋ ਰੱਬ ਦੀ ਅੰਸ਼ ਸਾਰੇ। ਆਪਾਂ ਤਰ੍ਹਾਂ ਤਰ੍ਹਾਂ ਦੀ ਬੋਲੀ ਹੋ ਸਕਦੀ ਹੈ, ਤਰ੍ਹਾਂ ਤਰ੍ਹਾਂ ਦੀ ਸ਼ਕਲਾਂ ਹੋ ਸਕਦੀਆਂ ਨੇ, ਲੇਕਿਨ ਖੂਨ ਸਭ ਦਾ ਲਾਲ ਹੈ, ਅਤੇ ਜੇ ਸਭ ਦਾ ਖੂਨ ਲਾਲ ਹੈ ਤਾਂ ਫਿਰ ਆਪਾਂ ਵੱਖਰੇ ਕਿਵੇਂ ਹੋ ਸਕਦੇ ਹਾਂ। ਹੋਣਾ ਚਾਹੀਦਾ ਹੁਣ ਜਿਹੜਾ ਅੱਜ ਦਿਸ ਇਜ਼ ਦ ਮੂਵੀ, ਹਾਂਜੀ, ਇਹ ਪਿਕਚਰ ਇਹ ਦਰਸਾਉਂਦੀ ਹੈ ਕਿ ਭਾਵੇਂ ਤੂੰ ਹਰਿਆਣੇ ਦਾ, ਪੰਜਾਬ ਦਾ, ਹਿਮਾਚਲੀ ਗੋਵੀ ਹੈ, ਅਸੀਂ ਹੈ ਉਸ ਰੱਬ ਦੇ ਵੰਸ਼। ਇੱਕ ਚੀਜ਼ ਹੁੰਦੀ ਨਾ ਜਿਹੜੀ ਚੀਜ਼ ਸਾਡੇ ਕੋਲ ਹੁੰਦੀ, ਸਾਨੂੰ ਉਹਦੀ ਵੈਲਿਊ ਨਹੀਂ ਹੁੰਦੀ, ਜਿਹੜੀ ਨਹੀਂ, ਜਿਵੇਂ ਅਸੀਂ ਅੱਜ ਲਾਹੌਰ ਨੂੰ ਰੋਂਦੇ ਹਾਂ ਕਿ ਅੱਜ ਆਪਾਂ ਇਕੱਠੇ ਹੁੰਦੇ, ਜਦੋਂ ਸੀਗੇ ਉਦੋਂ ਕਿਉਂ ਅਲੱਗ ਹੋਏ? ਫਿਰ ਉਹੀ ਚੀਜ਼, ਜਿਹੜੀ ਚੀਜ਼ ਹੈਗੀ ਆ ਉਹਦੀ ਵੈਲਿਊ ਨਹੀਂ ਹੈ। ਅਲੱਗ ਨਹੀਂ ਹੋਏ, ਆਪਾਂ ਨੂੰ ਅਲੱਗ ਕੀਤਾ ਗਿਆ। ਇਹ ਜਿਹੜੇ ਸਿਆਸਤਦਾਨ ਨੇ ਨਾ, ਪੋਲੀਟੀਸ਼ੀਅਨ ਨੇ, ਇਹ ਜਦ ਜਦ ਧਰਮਾਂ ਦੇ ਵਿੱਚ ਫਸਣਗੇ, ਜਦ ਇਹ ਕਹਿਣਗੇ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਤਦ ਤਦ ਵੰਡ ਹੀ ਪਊਗੀ, ਇਕੱਠੀ ਨਹੀਂ ਹੋ ਸਕਦੀ। ਜਦ ਜਦ ਆਪਾਂ ਇਹ ਕਹਾਂਗੇ ਮੇਰਾ ਇੱਕ ਰੱਬ ਹੈ, ਮੇਰਾ ਇੱਕ ਧਰਮ ਹੈ, ਸਭ ਮੇਰੇ ਭਰਾ ਨੇ, ਅਸੀਂ ਇੱਕ ਵੰਸ਼ ਅੰਸ਼ ਹਾਂ ਰੱਬ ਦੀ, ਤਾਂ ਹਮੇਸ਼ਾ ਉਹ ਇਕੱਠੇ ਰਹਿਣਗੇ। ਰੌਲਾ ਆ ਹੈ, ਇਹ ਜਿਹੜੇ ਸਿਆਸਤਦਾਨ ਨੇ, ਪਤਾ ਨਹੀਂ ਕਿਹੜੀਆਂ ਜੂਨਾਂ 'ਚ ਇਹਨਾਂ ਨੇ ਪੈਣਾ, ਇਹਨਾਂ ਨੇ ਇਸ ਦੁਨੀਆ ਦੇ ਵਿੱਚ ਧਰਮਾਂ ਦੇ ਨਾਮ 'ਤੇ ਵੰਡ ਕਰਤੀ, ਊਂਚ ਨੀਚ ਦੇ ਨਾਮ 'ਤੇ ਵੰਡ ਕਰਤੀ। ਗੋਰਿਆਂ ਦੇ ਵਿੱਚ ਵੀ ਹੈ, ਸਾਡੀ ਜੀ ਇੰਗਲਿਸ਼ ਬਲੱਡ ਲਾਈਨ ਹੈ, ਬਲੂ ਬਲੱਡ ਹੈ। ਵੀ ਦੱਸੋ ਤੁਹਾਡੇ 'ਚ ਖੂਨ ਨੀਲੇ ਰੰਗ ਦਾ ਪੈਂਦਾ? ਇਹ ਗੋਰੇ ਇਹੀ ਕਹਿੰਦੇ ਨੇ ਬ੍ਰਿਟਿਸ਼ਰਸ, ਜਿੱਥੇ ਜੀ ਸੂਰਜ ਨਹੀਂ ਸੀ ਡੁੱਬਦਾ, ਅਤੇ ਇਹ ਉਹ ਬੰਦੇ ਨੇ। ਇਹ ਇਕੱਲੇ ਹਿੰਦੁਸਤਾਨ 'ਚ ਨਹੀਂ ਹੈ, ਸਾਰੀ ਦੁਨੀਆ ਦੇ ਵਿੱਚ ਇਹ ਹਾਲ ਹੈ, ਕਿਉਂਕਿ ਕਾਲੀ ਯੁੱਗ ਦਾ ਟਾਈਮ ਹੈ। ਸੋ ਕਿਤੇ ਨਾ ਕਿਤੇ ਜਾ ਕੇ ਤਿੰਨ ਹਿੱਸੇ ਜਦੋਂ ਧਰਤੀ ਖਤਮ ਹੋਊਗੀ, ਫਿਰ ਉਸ ਤੋਂ ਬਾਅਦ ਲੋਕਾਂ ਨੂੰ ਸਮਝ ਆਊਗੀ ਵੀ ਅਸੀਂ ਕੌਣ। ਸੋ ਮੈਂ ਤਾਂ ਹਮੇਸ਼ਾ ਰੱਬ ਕਹਿੰਦਾ ਸੰਭਾਲ ਲਓ, ਅਜੇ ਵੀ ਸੰਭਾਲ ਲਓ, ਜਿੱਦਣ ਉਹ ਨਾਰਾਜ਼ ਹੋਇਆ ਨਾ ਇਸ ਧਰਤੀ 'ਤੇ ਰਹਿਣਾ ਕੱਖ ਨਹੀਂ, ਔਰ ਟਾਈਮ ਬੜੀ ਛੇਤੀ ਆਉਣ ਵਾਲਾ। ਇਹੀ ਰੀਜ਼ਨ ਹੈ ਕਿ ਯੁਵਰਾਜ ਸਿੰਘ ਜੀ ਨੇ ਆਪਣਾ ਪੋਲੀਟੀਕਲ ਕਰੀਅਰ ਜ਼ਿਆਦਾ ਅੱਗੇ ਨਹੀਂ ਵਧਾਇਆ, ਛੱਡਤਾ ਸੀ, ਔਰ ਯੁਵਰਾਜ ਸਿੰਘ ਦੀ ਵੀ ਗੱਲ ਆ ਰਹੀ ਸੀ, ਉਹਨਾਂ ਨੇ ਪਹਿਲੇ ਕਲੀਅਰ ਕਰਤਾ ਕਿ ਮੇਰਾ ਕੋਈ ਪਲੈਨ ਨਹੀਂ। ਮੈਂ ਤਾਂ ਇਹਨਾਂ ਨਾਲ ਬੈਠਣਾ, ਇਹਨਾਂ ਦੀ ਗੱਲ ਕਰਨਾ,
ਆਪਣੀ ਤੋਹੀਨ ਸਮਝਦਾ ਕਿ ਮੇਰੀ ਡਿਸਰਿਸਪੈਕਟ ਹੈ ਵੈਨ ਯੂ ਟਾਕ ਅਬਾਊਟ ਦੀ ਪੋਲੀਟੀਸ਼ੀਅਨਸ ਆਫ ਦਿਸ ਕੰਟਰੀ। ਐਡੇ ਗਿਰੇ ਹੋਏ, ਐਡੇ ਨੀਚ, ਐਡੇ ਖੂਨ ਪੀਣੇ, ਇਹਨਾਂ ਦੀ ਵਿਆਖਿਆ ਹੀ ਨਹੀਂ ਕੀਤੀ ਜਾ ਸਕਦੀ। ਮੇਰੇ ਰੱਬ ਨੇ ਕਿਹਾ ਅੱਜ ਤੋਂ ਬਾਅਦ ਜੇ ਤੂੰ ਪੋਲੀਟਿਕਸ ਦਾ ਨਾਂ ਵੀ ਲਿਆ ਤਾਂ ਤੇਰਾ ਮੈਂ ਸਿਰ ਕਲਮ ਕਰ ਦੇਣਾ। ਸੋ ਆਪਾਂ ਤਾਂ ਜੀ ਆ ਹੱਥ ਜੋੜ ਕੇ ਪਾਸੇ ਹੋ ਗਏ। ਆਪਣਾ ਜੀਵਨ ਫਿਲਮ ਹੈ, ਕ੍ਰਿਕਟ ਕੋਚਿੰਗ ਹੈ, ਆਪਣਾ ਕੰਮ ਹੈ ਪਿਆਰ ਫੈਲਾਉਣਾ, ਉਹ ਆਪਾਂ ਦੁਨੀਆ 'ਚ ਕਰ ਰਹੇ ਹਾਂ। ਕ੍ਰਿਕਟ ਦੀ ਤੁਸੀਂ ਗੱਲ ਕੀਤੀ ਹੈ, ਮਹਾਂਮੁਕਾਬਲਾ ਆ ਰਿਹਾ ਕੱਲ੍ਹ ਇੰਡੀਆ ਵਰਸਿਸ ਪਾਕਿਸਤਾਨ, ਕੀ ਲੱਗਦਾ ਵੈਸੇ? ਕੋਈ ਮਹਾਂਮੁਕਾਬਲਾ ਨਹੀਂ ਅਮੀ, ਤੁਸੀਂ ਬਣਾਇਆ ਹੋਇਆ ਸਾਰਿਆਂ ਨੇ, ਕੋਈ ਗੱਲ ਨਹੀਂ, ਬਾਤ ਨਹੀਂ, ਇਹ ਤਾਂ ਤੁਹਾਡੇ ਰੌਲੇ ਨੇ ਜੀ ਸਾਰਿਆਂ ਦੇ। ਉਹ ਇੱਕ ਮੈਚ ਹੈ, ਉਹ ਪਾਕਿਸਤਾਨ ਕੋਲ ਤੁਹਾਡਾ ਦੁਸ਼ਮਣ ਹੈ, ਹੈਂ ਕਿਹੜੇ ਕਿਹੜੇ ਦੁਸ਼ਮਣ ਪਾਲ ਰੱਖੇ? ਚੀਨ ਪਾਲ ਰੱਖਿਆ ਹੈ, ਹੋਰ ਕਿਹੜੇ ਕਿਹੜੇ ਪਾਲਣੇ? ਇੰਨਾ ਜ਼ੋਰ ਹੈਗਾ ਕਿ ਜੇ ਆਪਾਂ ਨੂੰ ਸਸਟੇਨ ਕਰ ਲਈਏ ਤਾਂ ਆਪਾਂ ਇਹ ਕਿਉਂ ਨਹੀਂ ਕਹਿੰਦੇ ਯਾਰ ਉਹ ਵੀ ਆਪਣੇ ਭਾਈ ਨੇ, ਉਹ ਵੀ ਆਪਣਾ ਭਰਾ ਹੈ, ਉਹ ਵੀ ਸਭ ਸਾਡੇ ਹੀ ਨੇ, ਐਂ ਤਾਂ ਆਪਾਂ ਕਦੇ ਕਹਿੰਦੇ ਨਹੀਂ। ਸੋ ਮੁਕਾਬਲਾ ਕ੍ਰਿਕਟ ਦਾ ਨਹੀਂ, ਇੱਕ ਮੈਚ ਹੈ, ਮੈਚ ਹੈ। ਸੋ ਮੈਚ ਮਹਾਰਾਜ ਦੋਨਾਂ ਨੂੰ ਮੁਬਾਰਕ, ਪਰ ਐਜ਼ ਏ ਹਿੰਦੁਸਤਾਨੀ ਮੈਂ ਚਾਹੂੰਗਾ ਅਸੀਂ ਜਿੱਤੀਏ, ਵਰਲਡ ਕੱਪ ਵੀ ਜਿੱਤੀਏ। ਵਰਲਡ ਕੱਪ ਜਿੱਤਣਾ ਚਾਹੀਦਾ, ਜੇ ਹੁਣ ਨਾ ਜਿੱਤਿਆ ਫਿਰ ਕਦੇ ਜਿੱਤਣਾ, ਕਿਉਂਕਿ ਹੁਣ ਧੋਨੀ ਹੈ ਨਹੀਂ, ਫਿਰ ਜਿੱਜਾਂਗੇ। ਨਹੀਂ ਹੱਸਣ ਵਾਲੀ ਕੋਈ ਗੱਲ ਨਹੀਂ, ਹਾਂਜੀ ਹਾਂਜੀ, ਮੈਂ ਸਹੀ ਗੱਲ ਕਹਿੰਦਾ, ਤੁਸੀਂ ਅੱਗੇ ਵੀ ਮੈਂ ਨਹੀਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਸਾਰੀ ਦੁਨੀਆ ਕਹਿ ਰਹੀ ਹੈ, ਗੌਤਮ ਗੰਭੀਰ ਨਹੀਂ ਕਹਿ ਰਿਹਾ, ਰੋਹਿਤ ਸ਼ਰਮਾ ਨਹੀਂ ਕਹਿ ਰਿਹਾ, ਸਾਰੀ ਦੁਨੀਆ ਕਹਿੰਦੀ ਹੈ। ਦੇਖੋ ਗੌਤਮ ਗੰਭੀਰ ਨੇ IPL ਇੱਕ ਸੀਜ਼ਨ ਐਸਵਰ ਕੀਤਾ, ਕੋਚਿੰਗ ਜਿੱਤਾ, ਉਹ ਛੱਡੋ ਜੀ, ਉਹ ਯੁਵਰਾਜ ਸਿੰਘ ਬਾਰੇ ਕੀ ਬੋਲਦਾ? ਹਾਂ ਉਹ ਕਹਿੰਦੇ ਕ੍ਰੈਡਿਟ ਨਹੀਂ, ਹਾਂ ਤਾਂ ਐਤਕੀ ਜਿੱਤ ਜਾਣਾ ਆਪਾਂ, ਕਿਉਂਕਿ ਐਤਕੀ ਹੋਇਆ ਨਹੀਂ, ਉਹ ਪਿੱਛੇ ਹੱਥ ਨਹੀਂ, ਉਹ ਟੀਮ ਵੀ ਸਟਰੋਂਗ ਆ, ਔਰ ਹਾਰੀ ਕਿ ਨਹੀਂ ਸੁਪਰ ਚੇਨਈ, ਕਿਉਂ ਹਾਰੀ ਅਤੇ ਹੁਣ ਕਿਉਂ ਛੱਡਤਾ ਖੇਡਣਾ? ਹਰ ਆਦਮੀ ਜਿਹੜਾ ਬੀਜਦਾ ਉਹ ਕੱਟਦਾ ਹੈ, ਮਾੜਾ ਬੀਜੋਗੇ ਮਾੜਾ ਕੱਟੋਗੇ। ਯੁਵਰਾਜ ਸਿੰਘ ਬੈਸਟਰ ICC ਦਾ, ਕਿਆ ਬਾਤ ਹੈ, ਜੈ ਜੈ ਕਰ, ਅਤੇ ਕਿੱਥੇ ਬੈਠਾ, ਹੱਥ ਵੀ ਨਹੀਂ ਮਿਲਾ ਕੇ ਗਿਆ। ਆਊਗਾ ਟਾਈਮ, ਹਰੇਕ ਦਾ ਆਉਣਾ ਹੈ, ਹਰੇਕ ਨੇ ਇੱਥੇ ਬੀਜ ਕੇ ਕੱਟ ਕੇ ਜਾਣਾ। ਦੇਖੋ ਸਹੀ, ਅੱਜ ਇਹਨਾਂ ਨੇ ਦੇਸ਼ ਦੀਆਂ ਵੰਡੀਆਂ ਕੀਤੀਆਂ, ਇਹਨਾਂ ਦਾ ਹਾਲ ਦੇਖਿਓ ਕੀ ਹੁੰਦਾ ਹੈ। ਸਭ ਕੁਝ ਤੁਹਾਡੇ ਸਾਹਮਣੇ ਹੋਊਗਾ, ਆਪੇ ਬੀਜ ਆਪੇ ਖਾ, ਨਾਨਕ ਹੁਕਮੀ ਆਵੇ ਜਾਂ। ਮੈਂ ਨਹੀਂ ਕਹਿ ਰਿਹਾ, ਰੱਬ ਕਹਿ ਰਿਹਾ, ਬਿਲਕੁਲ ਪੀਰ ਪੈਗੰਬਰ ਕਹਿ ਰਹੇ ਨੇ, ਦੇਵੀ ਦੇਵਤੇ ਕਹਿ ਰਹੇ ਨੇ, ਪਾਪ ਮਤ ਕਰ ਬੰਦਿਆ, ਲੈਣੇ ਦੇਣੇ ਇੱਥੇ ਹੀ ਹੈ। ਸਾਨੂੰ ਇਹੀ ਉਮੀਦ ਹੈ ਕਿ ਅਸੀਂ ਇਸ ਵਾਰੀ ਜਿਹੜੀ ਰੋਹਿਤ ਸ਼ਰਮਾ ਟਰੋਫੀ ਚੱਕਣ, ਆਪਾਂ ਜਿੱਤ ਜਾਣੀ ਹੈ। ਮੈਂ ਤੁਹਾਨੂੰ ਦੱਸਤਾ ਆਪਾਂ ਜਿੱਤ ਕੇ ਆਵਾਂਗੇ, ਆਪਾਂ ਨਹੀਂ ਹਾਰ ਸਕਦੇ ਹੁਣ, ਕਿਉਂਕਿ ਇਹਦੇ ਵਿੱਚ ਕੋਈ ਸ਼ੂ ਨਹੀਂ ਹੈ ਨਹੀਂ ਇਸ ਵੇਲੇ, ਕਿਉਂਕਿ ਸਾਰਿਆਂ ਨੇ ਹੁਣ ਬਹੁਤ ਜ਼ਿਆਦਾ ਕੋਲੋਂ ਦੇਖ ਲਈ ਚੀਜ਼, ਹੁਣ ਲੈ ਲੈਣੀ ਉਸ ਚੀਜ਼ ਨੂੰ। ਉਹ ਸੋ 14 ਜੂਨ ਲਈ ਸਰ ਆਲ ਦਾ ਬੈਸਟ ਕੁੜੀ ਹਰਿਆਣੇਵਾਲ ਦੇ ਲਈ, ਅਤੇ ਹੋਰ ਵੀ ਅੱਗੇ ਜਿਹੜੀਆਂ ਫਿਲਮਾਂ, ਔਰ ਜਿਹੜਾ ਤੁਹਾਡਾ ਸੁਪਨਾ ਰੋਮਾਂਟਿਕ ਫਿਲਮ ਵਾਲਾ, ਉਹਦੇ ਲਈ ਸਾਨੂੰ ਇੰਤਜ਼ਾਰ ਰਹੇਗਾ। ਬਿਲਕੁਲ, ਥੈਂਕ ਯੂ ਸਰ, ਤੁਸੀਂ ਬਸ ਕੋਸ਼ਿਸ਼ ਕਰਨਾ ਮੇਰੀ ਫੋਟੋ ਲਾਉਣਾ ਵੀ ਆ, ਰੋਮਾਂਟਿਕ ਹੀਰੋ ਧਰਮਿੰਦਰ ਆ ਰਿਹਾ ਦੂਜਾ। ਕਿਆ ਬਾਤ ਹੈ, ਥੈਂਕ ਯੂ ਸੋ ਮਚ ਸਰ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।